ਪਿੰਡ 'ਚ ਹੀ ਉਤਾਰ ਦਿੱਤਾ ਹੈਲੀਕਾਪਟਰ। ਬਾਦਲਾਂ ਦੇ ਹੈਲੀਕਾਪਟਰ ਨੂੰ ਦੇਖ ਕੇ ਜਾਗੀ ਸੀ ਨੌਜਵਾਨ ਦੇ ਮਨ 'ਚ ਇੱਛਾ। ਪਿਤਾ ਵੀ ਅਕਸਰ ਬਾਦਲਾਂ ਦੇ ਹੈਲੀਕਾਪਟਰ ਨੂੰ ਦੇਖ ਕੇ ਹੁੰਦੇ ਸੀ ਖੁਸ਼। ਵਿਦੇਸ਼ 'ਚ ਮਿਹਨਤ ਕਰਕੇ ਨੌਜਵਾਨ ਨੇ ਪਿਤਾ ਦੇ ਸੁਪਨੇ ਨੂੰ ਵੀ ਕੀਤਾ ਪੂਰਾ। ਬਾਦਲਾਂ ਦਾ ਹੈਲੀਕਾਪਟਰ ਦੇਖ ਕੇ ਹੁਣ ਪੰਜਾਬ ਦੇ ਇੱਕ ਨੌਜਵਾਨ ਨੇ ਆਪਣੇ ਪਿੰਡ 'ਚ ਹੀ ਹੈਲੀਕਾਪਟਰ ਲੈ ਆਉਂਦਾ। ਜਾਣਕਾਰੀ ਮੁਤਾਬਕ ਗੁਰਦਾਸਪੁਰ 'ਚ ਇੱਕ ਨੌਜਵਾਨ ਜੋ ਕਿ ਜਾਪਾਨ 'ਚ ਰਹਿੰਦਾ ਸੀ ਤੇ ਉਸਦੇ ਪਿਤਾ ਅਕਸਰ ਆਸਮਾਨ 'ਚ ਜਦੋਂ ਵੀ ਹੈਲੀਕਾਪਟਰ ਲੰਘਣਾ ਤਾਂ ਕਹਿਣਾ ਕਿ ਦੇਖੋ ਬਾਦਲਾਂ ਦਾ ਹੈਲੀਕਾਪਟਰ ਲੰਘ ਰਿਹਾ ਹੈ। ਤਾਂ ਉਸ ਸਮੇਂ ਨੌਜਵਾਨ ਨੇ ਠਾਣਿਆ ਸੀ ਕਿ ਉਹ ਵੀ ਸਖ਼ਤ ਮਿਹਨਤ ਕਰੇਗਾ ਤੇ ਇੱਕ ਦਿਨ ਪਿੰਡ 'ਚ ਹੈਲੀਕਾਪਟਰ ਲੈ ਕੇ ਆਵੇਗਾ। ਹੁਣ ਉਸ ਨੌਜਵਾਨ ਨੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕੀਤਾ ਹੈ ਤੇ ਆਪਣੇ ਪਿੰਡ ਵਿਦੇਸ਼ ਤੋਂ ਸਿੱਧਾ ਹੈਲੀਕਾਪਟਰ ਦੇ ਉੱਤੇ ਐਂਟਰੀ ਮਾਰੀ ਹੈ, ਜਿਸ ਨੂੰ ਦੇਖ ਕੇ ਅੱਜ ਪੂਰਾ ਪਿੰਡ ਨੌਜਵਾਨ ਤੇ ਮਾਣ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਗੀਤ ਗਾਉਂਦੇ ਹੋਏ ਨੌਜਵਾਨ ਨੇ ਕਿਹਾ ਕਿ ਉਸਨੇ ਵਿਦੇਸ਼ 'ਚ ਜਾ ਕੇ ਬਹੁਤ ਸਖ਼ਤ ਮਿਹਨਤ ਕੀਤੀ ਹੈ ਤੇ ਪੰਜਾਬ ਦੇ ਉਸ ਪਿੰਡ 'ਚ ਉੱਠ ਕੇ ਗਿਆ ਜਿੱਥੇ ਬੱਸ ਵੀ ਕੋਈ ਕੋਈ ਆਉਂਦੀ ਸੀ, ਪਰ ਅੱਜ ਉਸਨੂੰ ਆਪਣੀ ਮਿਹਨਤ ਤੇ ਵਿਸ਼ਵਾਸ ਹੋ ਰਿਹਾ ਹੈ। ਉਹ ਜਦੋਂ ਜੱਟ ਪਿੰਡ ਆਉਂਦਾ ਡੀਸੀ ਗੇੜੇ ਮਾਰਦਾ, ਓਏ ਉਹ ਆਏ ਸਾਲ ਜਾਜ ਪੈਲੀਆਂ ਚ ਤਾਰਦਾ। ਉਹ ਜਦੋਂ ਜੱਟ ਪਿੰਡ ਆਉਂਦਾ ਡੀਸੀ ਗੇੜੇ ਮਾਰਦਾ, ਉਹ ਆਏ ਸਾਲ ਜਹਾਜ ਪੈਲੀਆਂ ਚ ਤਾਰਦਾ। ਓਏ ਕੋਠੇ ਜਿੱਡੀ ਹੁੰਦੀ ਥੱਲੇ ਗੱਡੀ ਸੋਹਣੀ ਏ, ਓਏ ਕੋਠੇ ਜਿੱਡੀ ਹੁੰਦੀ ਥੱਲੇ ਗੱਡੀ ਸੋਹਣੀ ਏ, ਉਹਦੇ ਬਿਨਾਂ ਬਣਦਾ ਮਾਹੌਲ ਥੋੜੀ ਆ। ਓਏ ਉਸ ਪਿੰਡੋਂ ਗਿਆ ਜਿੱਥੇ ਬੱਸ ਨਹੀਂ ਸੀ ਆਉਂਦੀ, ਉੱਥੇ ਜਹਾਜ ਲੈ ਕੇ ਆਉਣਾ ਕੋਈ ਮਖੌਲ ਥੋੜੀ ਆ। ਉਸ ਪਿੰਡੋਂ ਗਿਆ ਜਿੱਥੇ ਬੱਸ ਨਹੀਂ ਸੀ ਆਉਂਦੀ, ਉੱਥੇ ਜਹਾਜ ਲੈ ਕੇ ਆਉਣਾ ਕੋਈ ਮਖੌਲ ਥੋੜੀ ਆ। ਓਏ ਅੱਜ ਬਾਪੂ ਬੈਠਾ ਹੁੰਦਾ ਕਿਤੇ ਮੋਟਰ ਤੇ ਅੱਜ, ਉਹ ਕਿਤੇ ਬਾਪੂ ਬੈਠਾ ਹੁੰਦਾ ਅੱਜ ਮੋਟਰ ਤੇ ਕਿਤੇ, ਉਹ ਗਿੱਠ ਲੰਮਾ ਗਿੱਠ ਉੱਚਾ ਧਰਤੀ ਤੋਂ ਹੋਣਾ ਸੀਗਾ ਉਹਨੇ। ਓਏ ਅੱਜ ਬਾਪੂ ਬੈਠਾ ਹੁੰਦਾ ਕਿਤੇ ਮੋਟਰ ਦੇ ਉੱਤੇ, ਗਿੱਠ ਉੱਚਾ ਧਰਤੀ ਤੋਂ ਹੋਣਾ ਸੀਗਾ ਉਹਨੇ। ਉਹ ਇੱਕ ਦੁੱਖ ਰਹਿਣਾ ਸੱਚੀ ਉਹ ਵੇਖ ਕੇ ਨਹੀਂ ਗਿਆ, ਪਰ ਉਹਦੇ ਜਿਹਾ ਬਣਨਾ ਕੋਈ ਹੋਰ ਥੋੜੀ ਆ। ਓਏ ਉਸ ਪਿੰਡੋਂ ਗਿਆ ਜਿੱਥੇ ਬੱਸ ਨਹੀਂ ਸੀ ਆਉਂਦੀ, ਉੱਥੇ ਜਹਾਜ ਲੈ ਕੇ ਆਉਣਾ ਕੋਈ ਮਖੌਲ ਥੋੜੀ ਆ। ਉਸ ਪਿੰਡੋਂ ਗਿਆ ਜਿੱਥੇ ਬੱਸ ਨਹੀਂ ਸੀ ਆਉਂਦੀ, ਉੱਥੇ ਜਹਾਜ ਲੈ ਕੇ ਆਉਣਾ ਕੋਈ ਮਖੌਲ ਥੋੜੀ ਆ। ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦੀ ਮੇਰੇ ਹਸਬੈਂਡ ਦੇ, ਮੈਂ ਉਹੀ ਕਹਿ ਰਹੀ ਕਿ ਹਰ ਕੋਈ ਕਹਿੰਦਾ ਹੈ ਕਿ ਮੇਰੇ ਪਤੀ ਨੇ ਬੜੀ ਮਿਹਨਤ ਕੀਤੀ, ਬੜੀ ਮਿਹਨਤ ਕੀਤੀ। ਮਿਹਨਤ ਸਾਰੇ ਕਰਦੇ ਆ, ਪਰ ਮਿਹਨਤ ਕਰਕੇ ਪੈਸੇ ਨੂੰ ਕਿਸੇ ਜਗ੍ਹਾ ਲਗਾਉਣਾ, ਪੈਸੇ ਨੂੰ ਕਮਾਉਣਾ, ਪੈਸੇ ਨੂੰ ਆਪਣੇ ਪਿੰਡ ਬਾਰੇ ਸੋਚਣਾ, ਪਿੰਡ ਬਾਰੇ ਇਹਨਾਂ ਦਾ ਇੰਨਾ ਕੁ ਜ਼ਿਆਦਾ ਮਤਲਬ ਸਾਡੀ ਸੋਚ ਹੈ ਕਿ ਜਾਪਾਨ 'ਚ ਰਹਿ ਕੇ ਵੀ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਵੀ ਸਿਖਾ ਰਹੇ ਹਾਂ, ਪੰਜਾਬੀ ਨਾਲ ਜੋੜ ਵੀ ਰਹੇ ਹਾਂ। ਬਾਕੀ ਇਹ ਜਿਹੜਾ ਸੁਪਨਾ ਸੀ, ਇਹ ਸਾਡੇ ਪਾਪਾ ਜੀ ਦਾ ਸੁਪਨਾ ਸੀਗਾ। ਉਹ ਬਾਦਲ ਸਾਹਿਬ ਆਉਂਦੇ ਹੁੰਦੇ ਸੀ ਅਤੇ ਉਹਨਾਂ ਨੇ ਗੱਲਾਂ ਕਰਨੀਆਂ ਕਿ ਬੇਟਾ ਦੇਖੋ ਬਾਦਲ ਦਾ ਜਹਾਜ਼ ਲੰਘ ਗਿਆ, ਅਤੇ ਇਹਨਾਂ ਨੇ ਮਖੌਲ ਦੀਆਂ ਹਾਸੇ ਦੀਆਂ ਗੱਲਾਂ ਜਿਹੜੀਆਂ ਅੱਜ ਹਕੀਕਤ ਹੋਈਆਂ ਨੇ, ਇਹਨਾਂ ਨੇ ਮਖੌਲ 'ਚੋਂ ਕਹੀਆਂ ਹੋਈਆਂ ਗੱਲਾਂ ਕਿ ਪਾਪਾ ਬਾਪੂ ਕਿਸੇ ਦਿਨ ਮੈਂ ਵੀ ਇੱਥੇ ਲੈ ਕੇ ਆਵਾਂਗਾ, ਅਤੇ ਉਹੀ ਅੱਜ ਸੁਪਨਾ ਪੂਰਾ ਹੈ। ਮੈਂ ਸ਼ਬਦ ਹੀ ਨਹੀਂ ਮੇਰੇ ਕੋਲ, ਇਹ ਚੀਜ਼ ਇੰਨੀ ਖੁਸ਼ੀ ਹੈ ਇਸ ਚੀਜ਼ ਦੀ ਕਿ ਵਾਹਿਗੁਰੂ ਪਰਮਾਤਮਾ ਕਰੇ ਕਿ ਇੱਦਾਂ ਹੀ ਅਸੀਂ ਬਸ ਆਏ ਸਾਲ ਹੀ ਹੁੰਦੇ ਰਹੀਏ, ਅਤੇ ਹੋਰ ਵੀ ਸਾਡਾ ਪਿੰਡ ਤਰੱਕੀਆਂ ਕਰੇ, ਸਾਡੇ ਪਿੰਡ ਦਾ ਨਾਂ ਜਿੱਦਾਂ ਕਹਿੰਦੇ ਨਾ ਪਿੰਡ ਦਾ ਨਾਂ ਰੋਸ਼ਨ ਕਰਨ ਲਈ ਇੱਕ ਹੀ ਹੁੰਦਾ ਆ, ਅਤੇ ਇਸੇ ਤਰ੍ਹਾਂ ਹੌਲੀ ਹੌਲੀ ਕੋਈ ਗੱਲ ਨਹੀਂ ਲੱਗੇ ਹੋਏ ਹਾਂ, ਅਤੇ ਪਰਮਾਤਮਾ ਕਰੇ ਇਸੇ ਤਰ੍ਹਾਂ ਸਾਡੇ ਹੋਰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ, ਅਤੇ ਇਸੇ ਤਰ੍ਹਾਂ ਪਿੰਡ ਦਾ ਨਾਂ ਰੋਸ਼ਨ ਕਰਦੇ ਰਹੀਏ, ਅਤੇ ਪਿੰਡ ਨੂੰ ਗੂਗਲ ਦੇ ਵਿੱਚ ਸਾਨੂੰ ਕਿਸੇ ਨੂੰ ਦੱਸਣਾ ਨਾ ਪਵੇ ਕਿ ਮੰਡ ਪਿੰਡ ਹੈ, ਗੂਗਲ ਚੈੱਕ ਕਰੋ ਅਤੇ ਪਤਾ ਲੱਗੇ ਕਿ ਮੰਡ ਹੈ, ਮੰਡ ਵੀ ਕੋਈ ਨਹੀਂ, ਅਤੇ ਮੰਡ ਨੂੰ ਕੋਈ ਨਹੀਂ ਜਾਣਦਾ।